ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਪੈਂਤੀ ਸਾਲਾ ਯੁਵਕ ਦੀ ਰਿਪੋਰਟ ਜੋ ਹੈ ਪੋਜ਼ਿਟਿਵ ਆਈ ਸੀ। ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਇੱਕ ਲਿਸਟ ਤਿਆਰ ਕੀਤੀ ਗਈ ਸੀ ਜੋ ਵੀ ਵਿਅਕਤੀ ਉਹਦੇ ਸੰਪਰਕ ਦੇ ਵਿੱਚ ਸੀਗੇ। ਕੁੱਲ ਦੱਸਿਆ ਜਾ ਰਿਹਾ ਕਿ 61 ਵਿਅਕਤੀ ਸੀ ਜਿਨ੍ਹਾਂ ਦੇ ਵਿੱਚੋਂ 60 ਦੀ ਰਿਪੋਰਟ ਜੋ ਹੈ ਉਹ ਨੈਗੇਟਿਵ ਆਈ ਹੈ ਅਤੇ 1 ਦੀ ਰਿਪੋਰਟ ਜੋ ਹੈ ਉਹ ਪੋਜ਼ਿਟਿਵ ਆਈ ਹੈ। ਤਾਂ ਉਹ ਇਲਾਕਾ ਜਿੱਥੇ ਦਾ ਵਿਅਕਤੀ ਹੁਣ ਰਹਿਣ ਵਾਲਾ ਸਾਹਮਣੇ ਆਇਆ ਹੈ ਉਸ ਇਲਾਕੇ ਨੂੰ ਪੂਰੇ ਤਰੀਕੇ ਨਾਲ ਜੋ ਹੈ ਇਸ ਵਕਤ ਪੁਲਿਸ ਵੱਲੋਂ ਜੋ ਹੈ ਸੀਲ ਕਰ ਦਿੱਤਾ ਗਿਆ ਹੈ, ਨਾਕੇਬੰਦੀ ਕਰ ਦਿੱਤੀ ਗਈ ਹੈ, ਕਿਸੇ ਨੂੰ ਵੀ ਉਸ ਇਲਾਕੇ ਦੇ ਵਿੱਚ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ। ਤਾਂ ਜਿੰਨੀਆਂ ਵੀ ਗਲੀਆਂ ਇਸ ਇਲਾਕੇ ਨੂੰ ਲੱਗਦੀਆਂ ਨੇ ਹਰ ਇੱਕ 'ਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਵਿਅਕਤੀ ਜੋ ਹੈ ਬਾਹਰੀ ਵਿਅਕਤੀ ਹੈ ਇਸ ਇਲਾਕੇ ਵਿੱਚ ਐਂਟਰ ਨਾ ਹੋ ਸਕੇ। ਜਾਂ ਦੂਰ ਦੇ ਇਲਾਕੇ ਗੱਲ ਕਰੀਏ ਤਾਂ ਪੂਰੀ ਸੜਕਾਂ ਜੋ ਨੇ ਜਿੱਥੋਂ ਵੀ ਤੱਕ ਐਂਟਰੀ ਹੈ ਇਸ ਇਲਾਕੇ ਦੀ ਉਸ ਨੂੰ ਪੂਰਾ ਜੋ ਹੈ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਬਕਾਇਦਾ ਨਾਕੇਬੰਦੀ ਕੀਤੀ ਗਈ ਹੈ। ਐਸ ਐਚ ਓ ਸਾਹਿਬ ਮੌਜੂਦ ਨੇ, ਸਰ ਇਲਾਕਾ ਹੁਣ ਸੀਲ ਕੀਤਾ ਗਿਆ ਹੈ ਤਾਂ ਕਿਹੜੇ ਕਿਹੜੇ ਗਲੀਆਂ ਜਿਹੜੀਆਂ ਇਸ ਨੂੰ ਲੱਗਦੀਆਂ ਨੇ ਜੋ ਕਿ ਹੁਣ ਬੰਦ ਕੀਤੀਆਂ ਗਈਆਂ? ਇਹ ਕਾਫੀ ਮਤਲਬ ਮੇਨ ਏਰੀਆ ਇਹੀ ਹੈ, ਹਾਲੇ ਤਾਂ ਕੋਈ ਸਾਡੇ ਕੋਲ ਰਿਪੋਰਟ ਰਿਟਨ 'ਚ ਕੋਈ ਨਹੀਂ ਆਈ, ਪਰ ਹੁਕਮ ਹੋਇਆ ਸੀ ਵੀ ਏਰੀਆ ਕੁਆਰੰਟਾਈਨ ਕਰਨਾ, ਅਸੀਂ ਕਰ ਲਿਆ ਹੈਗਾ। ਅਤੇ ਛੋਟੀ ਛੋਟੀ ਗਲੀਆਂ ਲੱਗਦੀਆਂ ਨੇ, ਕੋਈ ਜ਼ਿਆਦਾ ਵੱਡਾ ਏਰੀਆ ਨਹੀਂ ਹੈਗਾ ਸ਼ਹਿਰ ਦਾ। ਕਿਸ ਤਰੀਕੇ ਦੀ ਅਹਤਿਆਤ ਵਰਤੇ ਜਾ ਰਹੇ ਕਿਉਂਕਿ ਕਰਮਚਾਰੀ ਪੁਲਿਸ ਵਿੱਚ ਤੈਨਾਤ ਨੇ ਤਾਂ ਇਹਨਾਂ ਦੀ ਵੀ ਸਿਕਿਉਰਿਟੀ ਜ਼ਰੂਰ ਬਣ ਜਾਂਦੀ ਹੈ? ਹਾਂ, ਅਸੀਂ ਲੋਕਾਂ ਦੀ ਲਾਈਫ ਬਚਾਉਣ ਦੀ ਖਾਤਰ, ਜੀਵਨ ਬਚਾਉਣ ਦੀ ਖਾਤਰ ਸਾਰੇ ਸਾਡੀ ਪੁਲਿਸ ਮਹਿਕਮਾ, ਸਾਡੇ ਅਫਸਰ ਸਾਰੇ ਨੇ, ਸਾਡੀ ਸਰਕਾਰ, ਅਸੀਂ ਆਪ ਫੀਲਡ ਦੇ ਵਿੱਚ ਹੈਗੇ ਹਾਂ, ਲੋਕਾਂ ਦੀ ਲਾਈਫ ਦੀ ਬਚਾਉਣ ਦੀ ਖਾਤਰ ਹੀ ਹਾਂ। ਇਹੀ ਹੈ ਕਿ ਪਬਲਿਕ ਸਾਨੂੰ ਸਹਿਯੋਗ ਦੇਵੇ ਅਤੇ ਬਿਲਕੁਲ ਅਸੀਂ ਇਹਨਾਂ ਨੂੰ ਬਚਾਉਣ ਦੀ ਖਾਤਰ ਹੀ ਇੱਥੇ ਖੜ੍ਹੇ ਹਾਂ। ਤਾਂ ਐਸ ਐਚ ਓ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਪੂਰਾ ਇਲਾਕਾ ਜੋ ਹੈ ਇਸ ਵਕਤ ਸੀਲ ਕਰ ਦਿੱਤਾ ਗਿਆ ਹੈ, ਕਿਸੇ ਨੂੰ ਵੀ ਇੱਥੇ ਬਾਹਰੀ ਵਿਅਕਤੀ ਨੂੰ ਆਉਣ ਜਾਣ ਦਾ ਜੋ ਹੈ ਸਖ਼ਤ ਮਨਾਹੀ ਹੈ ਅਤੇ ਪੂਰੇ ਇਲਾਕੇ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ। ਤਾਂ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਤੁਹਾਨੂੰ ਸੀ ਐਮ ਓ ਸਾਹਿਬ ਵੀ ਸੁਣਾ ਦਿੰਦੇ ਕਿ ਸੀ ਐਮ ਓ ਸਾਹਿਬ ਦਾ ਇਸ ਪੂਰੇ ਮਾਮਲੇ 'ਤੇ ਕੀ ਕੁਝ ਕਹਿਣਾ ਹੈ। ਕੋਰੋਨਾ ਬਿਮਾਰੀ ਦੇ ਸੰਬੰਧ ਵਿੱਚ ਅੱਜ 8 ਅਪ੍ਰੈਲ ਦਾ ਅਪਡੇਟ ਇਹ ਹੈ ਕਿ ਸਾਡੇ ਕੋਲ ਜਿਹੜੇ 61 ਸੈਂਪਲ ਅਸੀਂ ਭੇਜੇ ਸੀ ਉਹਨਾਂ ਦੇ ਵਿੱਚੋਂ 60 ਸੈਂਪਲ ਨੈਗੇਟਿਵ ਆਏ, ਬਟ ਇੱਕ ਸੈਂਪਲ ਜਿਹੜਾ ਇੱਕ ਹੋਰ ਪੋਜ਼ਿਟਿਵ ਆ ਗਿਆ। ਤਾਂ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ 2 ਪੋਜ਼ਿਟਿਵ ਕੇਸ ਹੋ ਗਏ ਆ। ਇਸ ਦੇ ਸੰਬੰਧ ਵਿੱਚ ਹੰਗਾਮੀ ਮੀਟਿੰਗ ਹੋ ਚੁੱਕੀ ਹੈ, ਏਰੀਏ ਨੂੰ ਲੋਕਡਾਊਨ ਕਰ ਦਿੱਤਾ ਗਿਆ ਅਤੇ ਜਿਹੜੇ ਉਹਦੀ ਕੰਟੈਕਟ ਟ੍ਰੇਸਿੰਗ ਹੈ ਉਹ ਪੁਲਿਸ ਵਿਭਾਗ ਜਿਹੜਾ ਕਰ ਰਹੇ ਆ। ਸਾਡੇ ਕੋਲ 1-2 ਲਿਸਟਾਂ ਆ ਵੀ ਗਈਆਂ, ਅਸੀਂ ਹਿਸਟਰੀ ਲੈ ਲਈ, ਜਿਹੜੇ ਕੰਟੈਕਟ ਟ੍ਰੇਸ ਕਰ ਲਏ ਆ ਉਹਨਾਂ ਦੇ ਹੁਣ ਅਸੀਂ ਸੈਂਪਲ ਲੈਣੇ ਸ਼ੁਰੂ ਕਰ ਰਹੇ ਹਾਂ। ਦੁਪਹਿਰ ਤੱਕ ਅਸੀਂ ਇਹਨਾਂ ਦੇ ਜਿਹੜੇ ਕਲੋਜ਼ ਕੰਟੈਕਟ ਆ ਉਹਨਾਂ ਦੇ ਦੁਪਹਿਰ ਤੱਕ ਸੈਂਪਲ ਲੈ ਕੇ ਅਸੀਂ ਉੱਪਰ ਭੇਜ ਦਾਂਗੇ। ਸਰ, ਕਿਹੜੇ ਜਿਹੜੇ ਪੇਸ਼ੈਂਟ ਪੋਜ਼ਿਟਿਵ ਆਇਆ ਸਰ, ਇਹ ਕੀ ਉਸੇ ਪਹਿਲਾਂ ਦੇ ਪੋਜ਼ਿਟਿਵ ਕੇਸ ਨਾਲ ਰਿਲੇਟਡ? ਇਹਦਾ ਕੰਟੈਕਟ ਉਸੇ ਪੋਜ਼ਿਟਿਵ ਪੇਸ਼ੈਂਟ ਨਾਲ ਹੈ, ਕਿਉਂਕਿ ਜਿਹੜਾ ਪੋਜ਼ਿਟਿਵ ਪੇਸ਼ੈਂਟ ਆਇਆ ਸੀ ਉਹ ਇਸ ਬੰਦੇ ਨੂੰ ਅੰਮ੍ਰਿਤਸਰ ਤੋਂ ਆਪਣੀ ਗੱਡੀ 'ਤੇ ਲੈ ਕੇ ਇੱਥੇ ਫਰੀਦਕੋਟ ਪਹੁੰਚਿਆ ਸੀ। ਇਹ ਮਿਸਤਰੀਆਂ ਵਾਲੀ ਗਲੀ ਦਾ ਰਹਿਣ ਵਾਲਾ। ਪੇਸ਼ੈਂਟ ਦੋਨੋਂ ਹੀ ਠੀਕ ਹੈ, ਇਹਨੂੰ ਤਾਂ ਕੋਈ ਸਿਮਟਮ ਵੀ ਨਹੀਂ ਹੈਗੇ। ਪਹਿਲਾ ਪੇਸ਼ੈਂਟ ਜਿਹੜਾ ਸੀ ਉਹ ਵੀ ਬਿਲਕੁਲ ਠੀਕ ਠਾਕ। ਤਾਂ ਤੁਸੀਂ ਸੁਣਿਆ ਕਿ ਸੀ ਐਮ ਓ ਸਾਹਿਬ ਨੇ ਦੱਸਿਆ ਕਿ ਕੁੱਲ 61 ਰਿਪੋਰਟਾਂ ਜੋ ਨੇ ਉਹ ਭੇਜੀਆਂ ਗਿਆ ਸੀਗਾ, ਜੋ ਕਿ ਪਹਿਲਾ ਵਿਅਕਤੀ ਆਇਆ ਸੀ ਉਹਦੇ ਸੰਪਰਕ ਵਿੱਚ ਸੀਗੇ, ਉਹਨਾਂ ਵਿੱਚੋਂ 60 ਦੀ ਰਿਪੋਰਟ ਜੋ ਹੈ ਨੈਗੇਟਿਵ ਆ ਗਈ ਅਤੇ 1 ਦੀ ਰਿਪੋਰਟ ਜੋ ਹੈ ਉਹ ਪੋਜ਼ਿਟਿਵ ਆਈ ਹੈ। ਫਿਲਹਾਲ ਜੋ ਇਸ ਦੇ ਸੰਪਰਕ ਦੇ ਵਿਅਕਤੀ ਨੇ ਜਿਨ੍ਹਾਂ ਨਾਲ ਇਸ ਵਿਅਕਤੀ ਦਾ ਸੰਪਰਕ ਹੋਇਆ ਹੈ ਉਹਨਾਂ ਦੀ ਲਿਸਟ ਵੀ ਲਗਾਤਾਰ ਤਿਆਰ ਕੀਤੀ ਜਾ ਰਹੀ ਹੈ, ਤਾਂ ਕਿ ਉਹਨਾਂ ਲੋਕਾਂ ਨੂੰ ਵੀ ਸਮੇਂ ਰਹਿੰਦੇ ਜੋ ਹੈ ਕੁਆਰੰਟਾਈਨ ਕੀਤਾ ਜਾ ਸਕੇ, ਜਾਂ ਜੋ ਸੰਭਾਵਿਕ ਕਿਹਾ ਜਾਵੇ ਤਾਂ ਜੋ ਵੀ ਸਵੱਸਥ ਸੇਵਾ ਉਹਨਾਂ ਦੇਣੀਆਂ ਨੇ ਉਹ ਦਿੱਤੀਆਂ ਜਾ ਸਕੇ। ਫਿਲਹਾਲ ਵੇਖਦੇ ਹਾਂ ਕਿ ਸਿਹਤ ਮਹਿਕਮਾ ਇਸ ਬਾਰੇ ਹੋਰ ਕਿੰਨੇ ਕੁ ਉਪਰਾਲੇ ਕਰਦਾ ਹੈ ਕਿ ਇਸ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ ਤੋਂ ਪੁੱਟਣ ਵਿੱਚ ਕਾਮਯਾਬ ਹੁੰਦਾ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।